ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਰੋਡ ਬੰਦਦੇ ਨੇ ਜਾਂ ਸੜਕਾਂ ਬਾਰ-ਬਾਰ ਬੰਦਦੀਆਂ ਨੇ ਤੇ ਘਰ ਜਿਹੜੇ ਨੇ ਉਹ ਕਾਫੀ ਨੀਵੇਂ ਹੋ ਜਾਂਦੇ ਨੇ ਤੇ ਆਮ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਨੇ ਜਿਹੜੇ ਘਰ ਦੇ ਮਾਲਕ ਹੁੰਦੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਨੇ ਘਰ ਦੇ ਵਿੱਚ ਪਾਣੀ ਵੜਨ ਲੱਗ ਜਾਂਦਾ ਜਾਂ ਹੋਰ ਘਰ ਨੀਵਾ ਹੋ ਜਾਂਦਾ ਹੁਣ ਇੱਕ ਐਸਾ ਕੋਠੀ ਦਿਖਾਵਾਂਗੇ ਤੁਹਾਨੂੰ ਮੋਗਾ ਦੇ ਵਿੱਚ ਜਿਹੜੀ ਕੀ ਕੋਠੀ ਤਾਂ ਬਣੀ ਸੀ 75 ਤੋਂ 80 ਲੱਖ ਰੁਪਏ ਦੀ ਜਿਹੜੀ ਕੋਠੀ ਹੈ ਉਹ ਜਿਹੜੀ ਸੜਕਾਂ ਬਨਣ ਕਰਕੇ ਨੀਵੀ ਹੋ ਗਈ ਸੀ ਉਸਦੇ ਮਾਲਕ ਨੇ ਇੱਕ ਫੈਸਲਾ ਲਿਆ ਕਿਉਂ ਨਾ ਬਣੀ ਬਣਾਈ ਕੋਠੀ ਨੂੰ ਹੀ ਉੱਚਾ ਕਰ ਦਿੱਤਾ ਜਾਵੇ ਔਰ ਮੋਗਾ ਦੇ ਮਿਸਤਰੀਆਂ ਨੇ ਇੱਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਜੈਕ ਲਾ ਕੇ ਤਕਰੀਬਨ 150 ਜੈਕ ਲਾ ਕੇ ਕੋਠੀ ਨੂੰ ਉੱਪਰ ਕੀਤਾ ਬਣੀ ਬਣਾਈ ਕੋਠੀ ਨੂੰ ਤਕਰੀਬਨ 4 ਤੋਂ 5 ਫੁੱਟ ਉੱਪਰ ਕਰਤਾ ਤੇ ਤਾਂ ਕਿ ਕੋਠੀ ਉਸ ਤਰ੍ਹਾਂ ਹੀ ਬਣੀ ਰਵੇ ਤੁਸੀਂ ਦੇਖ ਸਕਦੇ ਹੋ ਕਿ ਦੋ ਮੰਜ਼ਿਲਾ ਕੋਠੀ ਹੈ 11 ਮਰਲੇ ਦੇ ਵਿੱਚ ਜਿਹੜੀ ਹੈ ਇਹ ਕੋਠੀ ਬਣੀ ਹੋਈ ਹੈ ਔਰ ਲੱਖਾਂ ਦੀ ਜਿਹੜੀ ਹੈ ਇਹ ਕੋਠੀ ਹੈ ਅਗਰ ਇਸ ਨੂੰ ਢਾ ਕੇ ਦੁਬਾਰਾ ਬਣਾਇਆ ਜਾਵੇ ਤਾਂ ਕਰੋੜ ਰੁਪਏ ਦੇ ਕਰੀਬ ਜਿਹੜਾ ਲੱਗਤ ਆ ਸਕਦੀ ਹੈ ਲੇਕਿਨ ਮਾਲਕ ਜਿਹੜੇ ਨੇ ਇਸ ਕੋਠੀ ਦੇ ਕੁਲਵੰਤ ਸਿੰਘ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਜਦੋਂ ਉਹਨਾਂ ਦੇ ਸੰਪਰਕ ਚ ਕੋਈ ਆਇਆ ਕੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਕੋਠੀ ਆਪਣੀ ਉੱਚੀ ਕਰਵਾ ਲਓ ਤੁਹਾਨੂੰ ਢਾਂ ਦੀ ਵੀ ਲੋੜ ਨਹੀਂ ਤਾਂ ਉਹਨਾਂ ਨੇ ਮਿਸਤਰੀ ਰਣਜੀਤ ਸਿੰਘ ਨਾਲ ਗੱਲ ਕੀਤੀ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਉਹ ਪਹਿਲਾਂ ਵੀ ਜਿਹੜੀਆਂ ਕੋਠੀਆਂ ਜੈਕ ਲਾ ਕੇ ਚੱਕ ਦਿੰਦੇ ਨੇ ਤੇ ਉਹਨਾਂ ਦੀ ਕੋਠੀ ਵੀ ਜਿਹੜੀ ਹੈ ਐਜ਼ ਇਟ ਇਜ਼ ਜਿਵੇਂ ਬਣੀ ਹੋਈ ਹੈ ਓਵੇਂ ਹੀ ਜੈਕ ਲਾ ਕੇ ਚੱਕ ਦਿੱਤੀ ਜਾਏਗੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜੈਕ ਲੱਗੇ ਹੋਏ ਆ ਹਾਲਾਂਕਿ ਇਸ ਕੋਠੀ ਦੀ ਫਰਸ਼ ਤਾਂ ਦੁਬਾਰਾ ਪਾਣੀ ਪਊਗੀ ਲੇਕਿਨ ਉੱਪਰ ਕਮਰੇ ਬਣੇ ਆ ਦੋ ਮੰਜ਼ਲਾ ਕੋਠੀ ਹੈ ਅੰਦਰ ਕਮਰੇ ਬਣੇ ਆ ਉਹ ਸਾਰੇ ਉਵੇਂ ਦੀ ਉਵੇਂ ਹੀ ਚੱਕੇ ਗਏ ਤੁਸੀਂ ਦੇਖ ਸਕਦੇ ਹੋ ਕਿ ਜੱਕ ਜਿਹੜੇ ਲੱਗੇ ਹੋਏ ਆ ਜ਼ਮੀਨ ਤੋਂ ਕਰੀਬ 4 ਤੋਂ 5 ਫੁੱਟ ਉੱਪਰ ਜਿਹੜੀ ਹੈ ਇਹ ਕੋਠੀ ਮਿਸਤਰੀ ਨੇ ਚੱਕ ਦਿੱਤੀ ਹੈ ਕਈ ਲੋਕਾਂ ਦੀ ਟੀਮ ਹੁੰਦੀ ਆ ਔਰ ਇੱਕ ਐਗਰੀਮੈਂਟ ਵੀ ਸਾਈਨ ਕਰਕੇ ਦਿੱਤਾ ਜਾਂਦਾ ਹੈ ਕਿ ਅਗਰ ਕੋਠੀ ਨੂੰ ਕੋਈ ਨੁਕਸਾਨ ਹੋਏਗਾ ਤਾਂ ਉਹਨਾਂ ਵੱਲੋਂ ਹੀ ਭਰਿਆ ਜਾਏਗਾ ਕਿਉਂਕਿ ਜਦੋਂ ਲੇਬਰ ਪੂਰੀ ਲੈਣੀ ਹੈ ਤਾਂ ਇਸ ਚੀਜ਼ ਦੀ ਗਾਰੰਟੀ ਵੀ ਦਿੰਦੇ ਨੇ ਐਗਰੀਮੈਂਟ ਵੀ ਕਰਦੇ ਨੇ ਕਿ ਅਗਰ ਕੋਠੀ ਨੂੰ ਕੋਈ ਨੁਕਸਾਨ ਹੋਇਆ ਚੱਕਣ ਵਕਤ ਜੈਕ ਜੈਕ ਲਾ ਕੇ ਕੋਠੀ ਨੂੰ ਚੱਕਣ ਵਕਤ ਕੋਈ ਨੁਕਸਾਨ ਹੋਇਆ ਤਾਂ ਉਹ ਵੀ ਮਿਸਤਰੀ ਭਰਨਗੇ ਕਿਉਂਕਿ ਇੱਕ ਮਾਲਕ ਦੇ ਮਨ 'ਚ ਵੀ ਇੱਕ ਡਰ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਰਿਸਕ ਲੈਣਾ ਕਿ ਬਹੁਤ ਵੱਡਾ ਰਿਸਕ ਹੈ ਅਗਰ ਕੋਠੀ गिर ਗਈ ਜਾਂ ਅੰਗਵਾੜ ਨੂੰ ਕੋਈ ਨੁਕਸਾਨ ਹੋਇਆ ਤਾਂ ਉਹਦੀ ਪਰਪਾਈ ਕੌਣ ਕਰੇਗਾ ਲੇਕਿਨ ਮਿਸਤਰੀ ਨੇ ਜਿਨ੍ਹਾਂ ਨੇ ਇਹ ਤਕਨੀਕ ਕੱਢੀ ਹੈ ਉਹਨਾਂ ਨੂੰ ਵੀ ਆਪਣੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਆ ਜਿਸ ਨੂੰ ਲੈ ਕੇ ਉਹ ਇੱਕ ਐਗਰੀਮੈਂਟ ਸਾਈਨ ਕਰਦੇ ਨੇ ਕਿ ਅਗਰ ਆਂਡਗਵਾਂਡ ਨੂੰ ਕੋਈ ਨੁਕਸਾਨ ਹੋਇਆ ਜਾਂ ਉਹਨਾਂ ਦੀ ਕੋਠੀ ਨੂੰ ਕੋਈ ਨੁਕਸਾਨ ਹੋਇਆ ਤਾਂ ਸਾਰਾ ਹਰਜਾਨਾ ਉਹ ਭਰਨਗੇ। ਮਿਸਤਰੀ ਨੇ ਰঞ্জੀਤ ਸਿੰਘ ਉਹਨਾਂ ਦੇ ਬ੍ਰਦਰ ਨੇ ਗੁਰਪ੍ਰੀਤ ਸਿੰਘ ਉਹਨਾਂ ਨਾਲ ਵੀ ਗੱਲ ਕਰ ਲਏ ਨੇ ਕਿ ਕਿਸ ਤਰ੍ਹਾਂ ਇਹ ਸਾਰਾ ਕੋਠੀ ਨੂੰ ਬਣੀ ਬਣਾਈ ਨੂੰ ਚੱਕਦੇ ਨੇ ਕਿੱਥੋਂ ਚੱਕਦੇ ਨੇ ਔਰ ਕਿੰਨੇ ਫੁੱਟ ਚੱਕੀ ਜਾ ਸਕਦੀ ਹੈ ਕਿੰਨੇ ਲੋਕਾਂ ਦੀ ਟੀਮ ਲੱਗਦੀ ਹੈ ਔਰ ਕਿੰਨਾ ਕ ਖਰਚਾ ਆਉਂਦਾ ਹੈ। ਗੁਰਪ੍ਰੀਤ ਤੁਹਾਡੇ ਨਾਲ ਗੱਲ ਕਰਨਗੇ। 11 ਮਰਲੇ ਦੀ ਕੋਠੀ ਹੈ ਦੋ ਮੰਜ਼ਿਲਾ ਕੋਠੀ ਹੈ ਇਹਨੂੰ ਤੁਸੀਂ ਜੈਕ ਲਾ ਕੇ ਚੱਕਿਆ तकरीबन ਨਹੀਂ ਵੀ ਦੇਖ ਰਹੇ ਆ 4 ਤੋਂ 5 ਫੁੱਟ ਚੱਕਿਆ ਗਿਆ ਕਿਵੇਂ ਹੁੰਦਾ ਸਾਰਾ ਕਿੰਨੀ ਲੋਕਾਂ ਦੀ ਟੀਮ ਹੈ ਔਰ ਕੋਈ ਰਿਸਕ ਤਾਂ ਨਹੀਂ ਹੁੰਦਾ ਨਹੀਂ ਨਹੀਂ ਇਹ ਸਾਡੀ 20-25 ਬੰਦੇ ਦੀ ਟੀਮ ਹੈ ਜੀ ਜੋ ਇੱਥੇ ਕੰਮ ਕਰ ਰਹੀ ਹੈ ਜੀ ਤੇ ਕੋਈ ਰਿਸਕ ਨਹੀਂ ਜੀ ਹਾਂਜੀ ਹਾਂਜੀ ਕੋਈ ਐਗਰੀਮੈਂਟ ਵੀ ਸਾਈਨ ਕੀਤਾ ਜਾਂਦਾ ਤੁਹਾਡੇ ਵੱਲੋਂ ਕੀ ਅਗਰ ਕੋਠੀ ਨੂੰ ਕੋਈ ਨੁਕਸਾਨ ਹੋ ਗਿਆ ਆਂਡ ਗਵੜ ਨੂੰ ਕੋਈ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਪੂਰਾ ਇਹ ਐਗਰੀਮੈਂਟ ਲੈ ਕੇ ਦਿੰਨੇ ਆ ਸਾਡੀ ਗਾਰੰਟੀ ਹੈ ਜੀ ਫਿਰ ਕਿਵੇਂ ਸਾਰਾ ਤੁਸੀਂ ਚੱਕਦੇ ਹੋ ਕਿਉਂਕਿ ਆਸ-ਪਾਸ ਵੀ ਘਰ ਹੈ ਉਧਰ ਵੀ ਘਰ ਹੈ ਹਨਾ ਤੇ ਉਹ ਗਵਾਂਡੀਆਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਕਿ ਕਈ ਵਾਰ ਆਮ ਹੁੰਦਾ ਹੈ ਵੀ ਮਿਸਤਰੀ ਲੱਗੇ ਆ ਗਵਾਂਡੀ ਕਹਿੰਦੇ ਆ ਸਾਡੇ ਇਧਰ ਪਾਣੀ ਆ ਗਿਆ ਜੀ ਸਾਡੇ ਇਧਰ ਕੰਧ ਟੁੱਟ ਗਈ ਜੀ ਉਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਨਹੀਂ ਗਵਾਂਡੀਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਆਪਾਂ ਉਹ ਉਹ ਦੇਖੋ ਜੀ ਤੁਸੀਂ ਕਟਿੰਗ ਕਰ ਲਈ ਪਹਿਲਾਂ ਜੀ ਜੋ ਗਵਾਂਡੀਆਂ ਛੱਡਤਾ ਆਪਾਂ ਆਪਣੀ ਕੁਠੀ ਚੱਕ ਲਈਏ ਹਾਂ ਜੀ ਕਿੰਨੇ ਫੁੱਟ ਚੱਕੀ ਜਾ ਸਕਦੀ ਇਹ 4 ਫੁੱਟ ਕੋਟੀ ਚੱਕੀ ਆ ਜੀ ਕਿੰਨੀ ਮਰਜ਼ੀ ਚੱਕ ਸਕਦੇ ਆ 5 6 7 ਕਿੰਨੀ ਮਰਜ਼ੀ ਚੱਕਾ ਸਕਦੇ ਆ ਇਹ 4 ਫੁੱਟ ਚੱਕੇ ਕੋਠੀ ਆ ਭਾਈ ਇਹ ਫਿਰ ਕਿਵੇਂ ਚੱਕਦੇ ਹੋ ਕੀ ਰਿਸਕ ਕਿੰਨਾ ਰਹਿੰਦਾ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਤਾਂ ਕੋਈ ਰਿਸਕ ਨਹੀਂ ਸਾਡਾ ਐਕਸਪੀਰੀਅੰਸ ਆ ਜੀ ਸਾਨੂੰ ਕੋਈ ਰਿਸਕ ਨਹੀਂ ਲੱਗਦਾ ਜੀ ਹਾਂਜੀ ਹਾਂਜੀ ਕਿੰਨੇ ਜੈਕ ਕਿੰਨੇ ਲੱਗਦੇ ਨੇ ਇਸ ਕੋਠੀ ਬੱਚੀ 150 ਜੈਕ ਲੱਗਿਆ ਜੀ ਇੱਕ ਮਹੀਨਾ ਹੋ ਗਿਆ ਸਾਨੂੰ ਕੰਪਲੀਟ ਆ ਕੋਠੀ ਦੇਖ ਸਕਦੇ ਤੁਸੀਂ ਸਾਰੀ ਹਾਂਜੀ 150 ਅਗਰ ਜੈਕ ਲੱਗਾਤਾ ਉਹਦੇ ਵਾਸਤੇ ਬੰਦੇ ਵੀ ਓਨੇ ਚਾਹੀਦੇ ਹੋਣੇ ਕਿਉਂਕਿ ਇੱਕੋ ਟਾਈਮ ਤੇ ਤੁਸੀਂ ਕੋਈ ਪੁਆਇੰਟ ਸਿਸਟਮ ਹੁੰਦਾ ਜਿਵੇਂ ਚੱਕ ਹਾਂਜੀ ਹਾਂਜੀ ਇਹ ਸਾਡਾ ਪੁਆਇੰਟ ਸਿਸਟਮ ਹੁੰਦਾ ਸਾਰਾ ਜੀ ਇਹ ਇੱਕ ਬੰਦਾ ਕਮਾਂਡ ਦਿੰਦਾ ਜੀ ਬੰਦਿਆਂ ਨੂੰ ਉਸ ਤਰ੍ਹਾਂ ਫਿਰ ਚੱਲੀ ਜਾਂਦੇ ਸਾਰੇ ਬੰਦੇ ਜੀ ਹਾਂਜੀ ਕੀ ਹੋਰ ਕੀ ਲਗਤ ਆ ਸਕਦੀ ਐ ਦੀ ਕੋਠੀ ਦੇ ਕੋਠੀ ਤਾਂ ਉੱਚੀ ਕਰਤੀ ਤੁਸੀਂ ਹਣਾ ਜਿਵੇਂ ਜੈਕ ਲੱਗੇ ਹੋਏ ਐ ਥੱਲੇ ਕੰਦਾ ਵੀ ਕਰਤੀਆਂ ਇਹਨੂੰ ਕੋਈ ਆਉਣ ਵਾਲੇ ਸਮੇਂ 'ਚ ਕੋਈ ਨੁਕਸਾਨ ਤਾਂ ਨਹੀਂ 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 ਕੋਈ ਨੁਕਸਾਨ ਨਹੀਂ ਐਦਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਨੀਆ ਵੀ ਹੁਣ ਅੱਗੇ ਨਾਲ ਮਜ਼ਬੂਤ ਮੈਂ ਕਵਾਂਗਾ ਤੁਸੀਂ ਨਾਲ ਦੀ ਨਾਲ ਦਿਖਾਈ ਐ ਉਹਨਾਂ ਨੂੰ ਨਾਲ ਦੀ ਨਾਲ ਦਿਖਾਓ ਤੁਸੀਂ ਆ ਦੇਖੋ ਜੀ ਨੀਆ ਵੀ ਅੱਗੇ ਨਾਲ ਮਜ਼ਬੂਤ ਹੋ ਗਈਆਂ ਹੁਣ ਇਹਦੀਆਂ ਜੀ ਅਚਲੀਆਂ ਮਜ਼ਬੂਤ ਹਾਂਜੀ 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 ਇਹ ਥੱਲੇ ਜਿਹੜੀ ਨੀ ਚੱਕਦੇ ਹੋ ਨੀ ਤੋਂ ਚੱਕਦੇ ਹੋ ਜਾਂ ਕਿਵੇਂ ਚੱਕਦੇ ਹੋ ਹਾਂਜੀ ਹਾਂ ਜੋ ਆਪਣਾ ਡੀਪੀਸੀ ਹੁੰਦੀ ਐ ਨੇ ਮੇਨ ਉੱਥੋਂ ਚੱਕ ਕੇ ਲਿਆਈਦੇ ਕੋਠੀਆਂ ਕੁਰਸੀ ਜੀ ਨੂੰ ਕਹਿੰਦੇ ਹਾਂ ਜੀ ਕੁਰਸੀ ਕਹਿੰਦੇ ਆ ਉਧਰੋਂ ਲਿਆਇਆ ਜਾ ਕੇ ਥੱਲੇ ਇਹ ਕੋਈ ਜ਼ਰੂਰੀ ਹੁੰਦਾ ਕਿ ਥੱਲੇ ਜਿਹੜੀ ਕੋਠੀ ਦੇ ਟਾਈ ਬੀਮ ਵਗੈਰਾ ਹੋਵੇ ਤੇ ਉਹੀ ਚੱਕੀ ਜਾਣੀ ਹੈ ਜਾਂ ਦੂਜੀ ਨਹੀਂ ਨਹੀਂ ਟਾਈ ਬੀਮ ਹੋਵੇ ਨਾ ਹੋਵੇ ਕੋਈ ਕੋਈ ਦਿੱਕਤ ਨਹੀਂ ਜੀ ਨਹੀਂ ਨਹੀਂ ਕੋਈ ਤੇ ਕੋਈ ਚੱਕਣ ਲੱਗੇ ਕੋਈ ਕੰਧਾਂ ਚ ਵੀ ਤਰੇੜ ਆ ਜਾਂਦੀ ਹੈ ਤੁਹਾਨੂੰ ਵੀ ਰਿਸਕ ਰਹਿੰਦਾ ਕਿ ਤੇ ਕੋਠੀ ਡਿੱਗ ਨਾ ਪਵੇ ਜਾਂ ਪਹਿਲਾਂ ਸਾਰਾ ਦੇਖਦੇ ਹਾਂ ਕਿ ਕੋਠੀ ਕਿੱਥੋਂ ਚੱਕੀ ਜਾ ਸਕਦੀ ਹੈ ਜਾਂ ਕੋਈ ਕੰਧ ਕਮਜ਼ੋਰਤਾ ਨਹੀਂ ਹੈ ਕਿੱਥੋਂ ਨੁਕਸਾਨ ਹੁੰਦਾ ਹਾਂਜੀ ਹਾਂਜੀ ਅਸੀਂ ਪਹਿਲਾਂ ਹੀ ਦੇਖ ਲੈਂਦੇ ਆ ਜੀ ਕੋਈ ਕੰਧ ਚੱਕਣ ਵਾਲੀ ਨਹੀਂ ਚੱਕਣ ਵਾਲੀ ਤੇ ਸਾਰਾ ਪਹਿਲਾਂ ਦੇਖ ਕੇ ਚੱ ਉਸ ਤੋਂ ਬਾਅਦ ਐਗਰੀਮੈਂਟ ਕਰਦੇ ਹਾਂ ਪਹਿਲਾਂ ਹਾਂਜੀ 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 ਐਗਰੀਮੈਂਟ ਕਰੀਦਾ ਜੀ ਆਪਾਂ ਜੀ ਇਹ ਕਿੰਨਾ ਸਮਾਂ ਲੱਗ ਜਾਂਦਾ ਇੱਕ ਕੋਠੀ ਨੂੰ ਇਹ ਕੋਠੀ ਚੱਕਰ ਇੱਕ ਮਹੀਨਾ ਲੱਗ ਜਾਂਦਾ ਇੱਕ ਮਹੀਨਾ ਲੱਗ ਹਾਂਜੀ ਤੇ ਖਰਚਾ ਕਿੰਨਾ ਕਉਂਦਾ ਹੈ ਖਰਚਾ ਹੀ ਬਸ ਮੰਨ ਲਓ ਤੁਸੀਂ ਆ 50 ਲੱਖ ਰੁਪਏ ਦੀ ਕੋਠੀ ਆ ਜੀ ਕਹਿੰਦਾ 20% ਹੀ ਖਰਚ ਆਉਂਦੇ 20% ਬਸ ਆਮ ਤੌਰ ਤੇ ਇਹੀ ਦੇਖਦੇ ਹੁੰਦੇ ਸੀਗੇ ਅੱਗੇ ਨੈਟ ਤੇ ਦੇਖਦੇ ਹੁੰਦੇ ਕਿ ਵਿਦੇਸ਼ਾਂ ਦੇ ਵਿੱਚ ਲੱਕੜ ਦੇ ਘਰ ਆ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਣੇ ਬਣਾਏ ਲੈ ਜਾਂਦੇ ਨੇ ਲੇਕਿਨ ਹੁਣ ਇੱਥੇ ਵੀ ਇੱਕ ਤਕਨੀਕ ਨਾਲ ਤੁਸੀਂ ਇਹਨਾਂ ਨੂੰ ਉੱਚਾ ਕਰ ਦਿੰਦੇ ਹਾਂ ਹਾਂਜੀ ਹਾਂਜੀ ਉੱਚਾ ਕਰਦੇ ਆ ਜੀ ਅੰਦਰ ਚਲੀਏ ਆਪਾਂ ਥੋੜਾ ਜੰਦਰ ਜਾ ਸਕਦੇ ਹਾਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਛਾ ਇਹ ਇੱਥੋਂ ਤੁਸੀਂ ਜਿੱਥੋਂ ਤੁਸੀਂ ਨੰਗੇ ਹੋ ਇਹ ਜਗ੍ਹਾ ਤੋਂ ਤੁਸੀਂ ਆ ਕੁਰਸੀ ਜਿਹੀ ਇੱਥੋਂ ਇੰਨੀ ਉੱਚੀ ਕਰਤੀ ਤੁਸੀਂ ਹਾਂਜੀ 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 ਇੱਥੋਂ ਇੰਨੀ ਉੱਚੀ ਕੀਤੀ ਹੈ ਚਲੋ ਅੰਦਰ ਚੱਲਾਂਗੇ ਅੰਦਰ ਜਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਅੰਦਰ ਕਿੰਨੀ ਇੱਕ ਜੜੀ ਹੈ ਉੱਚੀ ਕੀਤੀ ਹੋਈ ਹੈ ਤੁਹਾਨੂੰ ਮੈਂ ਅਸੀਂ ਇਸ ਟਾਈਮ ਜਿਹੜੀ ਜਗ੍ਹਾ ਤੇ ਖੜੇ ਆਂ ਇੱਥੇ ਜ਼ਮੀਨ ਹੁੰਦੀ ਸੀਗੀ ਹਾਲਾਂਕਿ ਇਸ ਕੋਠੀ ਦੀ ਫਰਸ਼ ਫਰਸ਼ ਜ਼ਰੂਰ ਪਵਾਣੀ ਪਏਗੀ ਇਹਦੀ ਫਰਸ਼ ਜ਼ਰੂਰ ਪਵਾਣੀ ਫਰਸ਼ ਨਵੀਂ ਪਏਗੀ ਔਰ ਸੀਵਰੇਜ ਵਗੈਰਾ ਨਵਾਂ ਪਏਗਾ ਹਾਂ ਜੀ ਜੀ ਦੇਖੋ ਜੀ ਕੋਈ ਲਾਰਡ ਫਾਈਟਿੰਗ ਉੱਧੇ ਹੀ ਚੱਲੀ ਜਾਂਦੀ ਹੈ ਕੋਈ ਨੁਕਸਾਨ ਨਹੀਂਗਾ ਆ ਦੇਖ ਲਓ ਇਹਦੀ ਅੱਛਾ ਅੰਦਰ ਐਜ਼ ਇਟ ਇਜ਼ ਕਮਰੀ ਆ ਜਿਸ ਤਰ੍ਹਾਂ ਤੁਸੀਂ ਸਾਹਮਣੇ ਦਰਵਾਜ਼ਾ ਆਪਾਂ ਦੇਖਦੇ ਆਂ ਹਾਂ ਜੀ ਉਹ ਦਰਵਾਜ਼ੇ ਤੋਂ ਅੱਗੇ ਜ਼ਮੀਨ ਹੁੰਦੀ ਸੀ ਦਰਵਾਜ਼ੇ ਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫਰਸ਼ ਹੇਠਾਂ ਉਹ ਦੇਖੋ ਜੀ نیچے ਫਰਸ਼ ਸੀ ਹੁਣ ਇੱਥੇ ਫਰਸ਼ ਇਹ ਪਹਿਲਾਂ ਵੀ ਕਿੰਨੀਆਂ ਕੁ ਕੁੱਟੀਆਂ ਤੁਸੀਂ ਕਰ ਸਕਦੇ ਹੋ ਹਾਂ ਕੋਈ ਗਿਣਤੀ ਨਹੀਂ ਜੀ ਪਤਾ ਹੀ ਨਹੀਂ ਕਿੰਨੀਆਂ ਚੱਕਤੀਆਂ ਜੀ ਹਾਂਜੀ ਹਾਂਜੀ ਕੋਈ ਗਿਣਤੀ ਨਹੀਂ ਕੋਈ ਇਸ ਤਰ੍ਹਾਂ ਰਿਸਕ ਤਾਂ ਨਹੀਂ ਹੁੰਦਾ ਨਹੀਂ ਨਹੀਂ ਕੋਈ ਰਿਸਕ ਨਹੀਂ ਜੀ ਸਾਡਾ ਐਕਸਪੀਰੀਅੰਸ ਬਹੁਤ ਆ ਜੀ ਇਧਰ ਨੀਚੇ ਆ ਜਿਓ ਕਿਤੇ ਕਿਉਂਕਿ ਜਗ੍ਹਾ ਕਾਫੀ ਪੱਟੀ ਹੋਈ ਹੈ ਤੁਸੀਂ ਕਈ ਜਿਵੇਂ ਅੱਗੇ ਦੇਖਣ ਨੂੰ ਮਿਲਦਾ ਸੀਗਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਮਕਾਨ ਲਿਆ ਜਾਂਦੇ ਨੇ ਕਈ ਉਹ ਵੀ ਵੀ ਹੋ ਸਕਦਾ ਹਾਂਜੀ ਹਾਂਜੀ ਉਦਾਂ ਹੀ ਸੈੱਟ ਵੀ ਕਰਦੇ ਆਂ ਜੀ ਆਪਾਂ ਜੀ ਉਹ ਵੀ ਕਰ ਦਿੰਦੇ ਹਾਂ ਸ਼ਿਫਟ ਵੀ ਕਰ ਦਿੰਦੇ ਹਾਂ ਉਹ ਫਿਰ ਕਿਵੇਂ ਕਰਦੇ ਹੋ ਕਿਵੇਂ ਲੱਗ ਉਹ ਜਿਵੇਂ ਆਪਾਂ ਲੈਣਾ ਬਣਾਉਣੀ ਪੈਂਦੀ ਹੈ ਉਹਦਾ ਹੋਰ ਤਰੀਕਾ ਜੀ ਇਹ ਚੱਕਾਂ ਦਾ ਹੋਰ ਤਰੀਕਾ ਜੀ ਕਦੇ ਕੋਈ ਇਸ ਤਰ੍ਹਾਂ ਤਾਂ ਨਹੀਂ ਹੋਇਆ ਵੀ ਇਸ ਤਰ੍ਹਾਂ ਕੋਠੀ ਨੂੰ ਜੈਕ ਦੇ ਨਾਲ ਉੱਚਾ ਕਰਦੇ ਹੋਏ ਤਾਂ ਕੋਈ ਨੁਕਸਾਨ ਹੁੰਦਾ ਨਹੀਂ 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 ਕੋਈ ਨੁਕਸਾਨ ਨਹੀਂ ਜੀ ਬੇਫਿਕਰ ਹੋ ਕੇ ਚੁੱਕਾ ਸਕਦੇ ਸਾਡੇ ਨਾਲ ਸੰਪਰਕ ਕਰੋ ਜੀ ਇਹਦੀ ਕੋਈ ਟ੍ਰੇਨਿੰਗ ਵੀ ਲੈਂਦੀ ਹੈ ਹਾਂ ਜੀ ਹਾਂ ਜੀ ਬਸ ਟ੍ਰੇਨਿੰਗ ਹੈ ਜੀ ਆਪਣਾ ਜੀ ਆਪਣਾ ਦਿਮਾਗ ਹਾਂ ਜੀ ਦਿਮਾਗ ਦੀ ਟ੍ਰੇਨਿੰਗ ਹੈ ਮਨ ਜੀ ਖੋਰ ਕੀ ਕੀ ਹੁੰਦਾ ਇਹਦੇ ਵਿੱਚ ਥੋੜਾ ਵਿਸਥਾਰ ਇਹਨਾਂ ਦੱਸ ਦਿਓ ਕਿ ਕਿਸ ਤਰ੍ਹਾਂ ਅਗਰ ਕਿਸੇ ਨੇ ਚੁਕਾਣੀ ਹੈ ਕੋਠੀ ਕਿਉਂਕਿ ਆਮ ਤੌਰ ਤੇ ਅਗਰ ਨਵੀਂ ਕੋਠੀ ਬੋਣੀ ਆ ਤਾਂ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਤੇ ਇਹਦੇ ਤੇ ਖਰਚਾ ਵੀ ਘਟਾਉਂਦਾ ਤੇ ਸੇਵ ਵੀ ਰਹਿੰਦੀ ਹੈ ਹਾਂਜੀ ਸੇਵ ਰਹਿੰਦੀ ਫੋਲੀ ਤੇ ਬਾਕੀ ਕੋਈ ਨੁਕਸਾਨ ਨਹੀਂ ਹੁੰਦਾ ਜੀ ਆਪਣਾ ਜੀ ਵੀ ਪੁਰਾਣਾ ਘਰ ਜਿਵੇਂ ਆਪਣਾ ਕੋਈ ਬਣਾਇਆ ਤਾਂ ਨਾ ਕਰ ਉਦਾਂ ਹੀ ਰਹਿ ਜਾਂਦਾ ਜੀ ਜਿਆਦਾ ਹੁੰਦੀਆਂ ਕਈ ਘਰਾਂ 'ਚ ਆਪਣੇ ਪੁਰਾਣਿਆਂ ਦੀ ਅਗਲੇ ਢਾ ਦੇਂਦੇ ਆ ਜੀ ਤੇ ਆਪਾਂ ਚੱਕ ਕੇ ਨਵਾਂ ਰੀਮੂਵ ਕਰ ਦਿੰਨੇ ਆ ਜੀ ਇਹ ਜ਼ਿਆਦਾਤਰ ਇਸ ਉੱਥੇ ਦਿੱਕਤ ਆਉਂਦੀ ਹੈ ਜਿੱਥੇ ਸੜਕਾਂ ਵਗੈਰਾ ਉੱਚੇ ਹੋ ਜਾਂਦੀਆਂ ਹਨ ਜਾਂ ਘਰਨੀਵੇਂ ਹੋ ਜਾਂਦੇ ਹਨ ਹਾਂਜੀ ਹਾਂਜੀ ਸੜਕਾਂ ਨੀਵੇਂ ਹੋ ਜਾਂਦੀਆਂ ਜੀ ਤੇ ਉਸ ਕਾਰਨ ਦਿੱਕਤ ਆਉਂਦੀ ਹੈ ਜੀ ਇਹਦੀ ਕੋਈ ਪਰਮਿਸ਼ਨ ਵਗੈਰਾ ਵੀ ਲੈਣੇ ਹੋ ਪਰਮਿਸ਼ਨ ਤਾਂ ਨਹੀਂ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਬਸ ਜਿਹੜਾ ਮਾਲਕ ਹੁੰਦਾ ਕੁਟੀ ਦਾ ਉਹਦੇ ਨਾਲ ਐਗਰੀਮੈਂਟ ਹੁੰਦਾ ਐਗਰੀਮੈਂਟ ਕਰ ਸਕਦੇ ਆ ਜੀ ਕਚਹਿਰੀ ਕੋਲ ਜਿੱਥੇ ਮਰਜੀ ਜਿੱਥੇ ਮਾਨ ਖੜਦਾ ਜੀ ਬੰਦੇ ਦਾ ਉੱਥੇ ਐਗਰੀਮੈਂਟ ਕਰ ਸਕਦਾ ਆਪਣੀ ਗਾਰੰਟੀ ਹੈ ਫੋਲੀ ਜੀ ਤੁਸੀਂ ਲੇਬਰ ਕਿੰਨੇ ਕਿਲਨੇ ਹੋ ਲੇਬਰ ਜੀ ਦੇਈ ਜਾਂ ਨਹੀਂ ਵਾ ਦੇਖੋ ਦੇਖੀ ਇਹ ਹੁੰਦਾ ਇਹ ਪਹਿਲਾਂ ਦੇਖਣਾ ਪਹਿਲਾਂ ਦੇਖਦੇ ਹੋ ਤੁਸੀਂ ਐਨਾਲਿਸਿਸ ਕਰਦੇ ਹੋ ਵੀ ਕਿੰਨੀ ਕਿ ਮਿਹਨਤ ਲੱਗਦੀ ਹੈ ਕਿੰਨਾ ਖਰਚਾ ਆਵੇ ਹਾਂਜੀ 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 ਅੰਦਾਜ਼ਾ ਅੰਦਾਜ਼ਾ ਗੱਲ ਕੀਤੀ ਆ ਵੀ ਕਿੰਨਾ ਖਰਚਾ ਆ ਸਕਦਾ ਇਹਦਾ ਆ ਕੋਠੀ ਦਾ ਪਹ ਚਾਰ ਲੱਖ ਰੁਪਏ ਲੱਗਦਾ ਜੀ ਬਸ ਸਿਰਫ 4 ਲੱਖ ਰੁਪਏ ਦੇ ਵਿੱਚ ਤੁਸੀਂ ਇਹ ਕੋਠੀ ਉੱਚੀ ਕਰ ਦਿਓ ਹਾਂਜੀ ਹਾਂਜੀ ਇਹ 4 ਲੱਖ ਰੁਪਏ ਦੇ ਵਿੱਚ ਹੋਰ ਕੀ ਦਿੰਦੇ ਹੋ ਤੁਸੀਂ ਮਤਲਬ ਕਿ ਜਿਹੜੀਆਂ ਕੰਧਾਂ ਇੱਟਾਂ ਲੱਗਦੀਆਂ ਹਾਂ ਹਾਂਜੀ ਹਾਂਜੀ ਲੈਵਲ ਆਵਾ ਉਹਦਾ ਕੋਠੀ ਖੜਾ ਕੇ ਦੇ ਦੇਣੇ ਚਾਕੇ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਸਿਰਫ 4 ਲੱਖ ਰੁਪਏ ਦੇ ਵਿੱਚ ਜਿਹੜੀ 75-80 ਲੱਖ ਰੁਪਏ ਦੀ ਕੋਠੀ ਹੈ ਬਣੀ ਬਣਾਈ ਉਹਨੂੰ ਐਜ਼ ਇਟ ਇਜ਼ ਹੀ ਉੱਪਰ ਚੱਕਿਆ ਜਾਂਦਾ ਹਾਲਾਂਕਿ ਇਹ ਵੀ ਕਹਣਾ ਕਿ ਰਿਸਕ ਕੋਈ ਨਹੀਂ ਆ ਮੈਂ ਤੁਹਾਨੂੰ ਪਿੱਛੋਂ ਵੀ ਜਾ ਕੇ ਦਿਖਾਵਾਂਗਾ ਕਿ ਪਿੱਛੇ ਕਿਸ ਤਰ੍ਹਾਂ ਕੋਠੀ ਨੂੰ ਇਹਨਾਂ ਨੇ ਚੱਕਿਆ ਕਿਉਂਕਿ ਸਾਰੀ ਕੋਠੀ ਜਿਹੜੀ ਹੈ ਨੀਆਂ ਤੋਂ ਜਿਹੜੀ ਹੈ ਚੱਕੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਆਮ ਤੌਰ ਤੇ ਜਦੋਂ ਨੀਂ ਭਰਦੇ ਆ ਉਹਦੇ ਉੱਪਰ ਇੱਕ ਟਾਈ ਬੀਮ ਜਾਂ ਇਸ ਤਰ੍ਹਾਂ ਦਾ ਇੱਕ ਲੈਨਟਰ ਪਾਇਆ ਜਾਂਦਾ ਹੈ ਉਸੇ ਲੈਨਟਰ ਤੋਂ ਜਿਹੜਾ ਇਹਨਾਂ ਵੀਰਾਂ ਨੇ ਜਿਹੜੀ ਹੈ ਇਹ ਕੋਠੀ ਤਕਰੀਬਨ 150 ਜੈਕ ਲੱਗੇ ਆ ਔਰ 25-30 ਬੰਦੇ ਦੀ ਟੀਮ ਹੁੰਦੀ ਹੈ ਜਿਹੜੀ ਇਸ ਨੂੰ ਚੱਕਦੀ ਹੈ ਔਰ ਚੱਕਦੀ ਹੈ ਔਰ ਸਾਫ਼ ਤੌਰ ਤੇ ਇਹ ਵੀ ਕਹਿਣਾ ਕਿ ਕੋਈ ਸੇਫ ਬਿਲਕੁਲ ਸੇਫ ਹੈ ਕੋਈ ਵੀ ਰਿਸਕ ਨਹੀਂ ਹੈ ਹਾਲਾਂਕਿ ਇਹਨਾਂ ਵੱਲੋਂ ਇੱਕ ਐਗਰੀਮੈਂਟ ਵੀ ਲੈ ਕੇ ਦਿੱਤਾ ਜਾਂਦਾ ਹੈ ਕਿ ਅਗਰ ਕੋਈ ਨੁਕਸਾਨ ਹੋਏਗਾ ਤਾਂ ਉਹਦੀ ਪ੍ਰਵਾਈਦ ਖੁਦ ਕਰਨਗੇ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਪਾਈਪਾਂ ਹੈ ਇਹ ਪਾਈਪ ਪਹਿਲਾਂ ਜ਼ਮੀਨ ਦੇ ਵਿੱਚ ਸੀ ਕਿਉਂਕਿ ਜਦੋਂ ਆਪਾਂ ਕੋਈ ਵੀ ਘਰ ਪਾਨੇ ਕੋਠੀ ਪਾਨੇ ਤਾਂ ਸੀਵਰੇਜ ਦੀ ਜਾਂ ਕੋਈ ਵਾਟਰ ਦੀ ਪਾਈਪ ਆ ਜ਼ਮੀਨ ਚ ਆਉਂਦੀ ਹੁੰਦੀ ਹੈ ਇਹ ਉਹੀ ਪਾਈਪਾਂ ਜਿਹੜੀਆਂ ਚੱਕ ਕੇ ਉੱਪਰ ਕੀਤੀਆਂ ਹੋਈਆਂ ਔਰ ਪਿੱਛੇ ਵੀ ਤੁਹਾਨੂੰ ਮੈਂ ਜਾਵਾਂਗੇ ਪਿੱਛੇ ਵੀ ਦੇਖਾਂਗੇ ਪਿੱਛੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਕਿਸ ਤਰ੍ਹਾਂ ਕੋਠੀ ਨੂੰ ਉੱਚਾ ਕੀਤਾ ਗਿਆ ਕਿਉਂਕਿ ਇਹ ਵੀ ਟੈਕਨੀਕ ਹੈ ਕਿ ਬਣੀ ਬਣਾਈ ਕੋਠੀ ਨੂੰ ਉੱਚਾ ਕਰ ਦੇਣਾ ਔਰ ਲੈਂਟਰ ਜਿਹੜਾ ਸੀਗਾ 4 ਫੁੱਟ ਥੱਲੇ 4 ਫੁੱਟ ਉੱਪਰ ਕਰ ਦਿੱਤਾ ਗਿਆ ਕੈਮਰਾਮੈਨ ਨੂੰ ਕਹਾਂਗਾ ਉੱਥੇ ਦਿਖਾਂ ਕਿਉਂਕਿ ਲੈਂਟਰ ਤੇ ਜਿਹੜੇ ਆ ਜੈਕ ਲੱਗੇ ਹੋਏ ਆ ਪੱਖਾ ਲੱਗਾ ਹੋਇਆ ਬਿਜਲੀ ਐਜ਼ ਇਟ ਇਜ਼ ਚੱਲਦੀ ਹੈ ਜਿਵੇਂ ਪਹਿਲਾਂ ਹਾਲਾਂਕਿ ਜਿਹੜੀਆਂ ਕੰਧਾਂ ਦੁਆਰਾ ਗਵਾਂਡੀਆਂ ਦੇ ਨਾਲ ਰਲਦੀਆਂ ਸੀਗੀਆਂ ਉਹਨਾਂ ਨੂੰ ਥੋੜਾ ਥੋੜਾ ਕੱਟ ਕੇ ਥੋੜਾ ਥੋੜਾ ਤੋੜ ਕੇ ਕਿ ਗਵਾਂਡੀਆਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਬਾਅਦ ਦੇ ਵਿੱਚ ਭਰਿਆ ਜਾਏਗਾ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਤਸਵੀਰਾਂ ਉੱਪਰ ਜੈਕ ਲੱਗੇ ਹੋਏ ਆ ਜੈਕ ਲਗਾ ਕੇ ਜਿਹੜਾ ਕੋਠੀ ਨੂੰ ਉੱਚਾ ਕੀਤਾ ਗਿਆ ਇਹ ਜੈਕ ਨੇ ਜਿਹੜੇ 25-30 ਬੰਦੇ ਦੀ ਟੀਮ ਹੁੰਦੀ ਹੈ ਔਰ ਇਸ ਜੈਕ ਨੂੰ ਇੱਕ ਜਗ੍ਹਾ ਬਣਾ ਕੇ ਕੋਠੀ ਦੇ ਥੱਲੇ ਲਾਇਆ ਜਾਂਦਾ ਔਰ ਉਸ ਨੂੰ ਇੱਕ ਇੱਕ ਪੁਆਇੰਟ ਦੇ ਨਾਲ ਉੱਤੇ ਚੱਕਿਆ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੰਦਾਜ਼ਾ ਵੀ ਤੁਸੀਂ ਲਾ ਸਕਦੇ ਹੋ ਕਿ ਕਿੰਨੀ ਕੋਠੀ ਜੜੀ ਹੈ ਉੱਚੀ ਚੱਕੀ ਗਈ ਹੈ ਆ ਤੁਹਾਨੂੰ ਮੈਂ ਦਿਖਾਣਾ ਜਾਵਾਂਗਾ ਕਿ ਇੱਧਰ ਆ ਜਿਹੜੀ ਫਰਸ਼ ਹੈ ਤਕਰੀਬਨ 4 ਫੁੱਟ ਤੋਂ ਉੱਪਰ ਜਿਆਦਾ ਜਿਹੜੀ ਫਰਸ਼ ਹੈ ਇਹ ਚੱਕੀ ਗਈ ਹੈ ਇੱਥੇ ਪਹਿਲਾਂ ਫਰਸ਼ ਹੁੰਦੀ ਸੀ ਇਹ ਦਰਵਾਜ਼ਾ ਜਿਹੜਾ 4 ਫੁੱਟ ਨੀਵਾ ਹੁੰਦਾ ਸੀ ਹੁਣ ਇਹ ਬਣੀ ਬਣਾਈ ਕੋਠੀ ਅੰਦਰ ਕਿਚਨ ਹੈ ਕਮਰੇ ਹੈ ਬਾਥਰੂਮ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਬਣੀ ਬਣਾਈ ਕੋਠੀ ਹੈ ਜਿਹੜੀ ਉੱਪਰ ਚੱਕ ਦਿੱਤੀ ਗਈ ਹੈ ਇਹ ਇੱਕ ਤਕਨੀਕ ਹੈ ਹਾਲਾਂਕਿ ਜਿਹੜੇ ਇਸ ਕੰਮ ਨੂੰ ਕਰਦੇ ਨੇ ਜਿੰਨਾਂ ਵੱਲੋਂ ਇਹ ਕੋਠੀ ਚੱਕੀ ਗਈ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਕਿਉਂਕਿ ਕਾਫੀ ਜੜੀਆਂ ਕੋਠੀਆਂ ਇਸ ਤਰ੍ਹਾਂ ਚੱਕ ਚੱਕਿਆ ਔਰ ਬਹੁਤ ਘੱਟ ਜੜੀ ਲਾਗਤ ਹੁੰਦੀ ਹੈ ਜਿਸ ਤਰ੍ਹਾਂ 70-80 ਲੱਖ ਰੁਪਏ ਦੀ ਲਾਗਤ ਆਗਰ ਇਹਨੂੰ ਨਵਾਂ ਬਣਾਉਣਾ ਹੋ ਪਵੇ ਤਾਂ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਲੇਕਿਨ 4 ਲੱਖ ਰੁਪਏ ਦੇ ਵਿੱਚ ਇਹ ਕੋਠੀ ਨੂੰ ਉੱਚਾ ਚੱਕਿਆ ਗਿਆ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਹੜੇ ਜੈਕ ਲੱਗੇ ਨੇ ਉਹ ਕਿਸ ਤਰ੍ਹਾਂ ਲਗਾਏ ਨੇ ਇੱਕ ਤਕਨੀਕ ਦੀ ذریعے ਜਿਹੜੇ ਜੈਕ ਲਗਾਏ ਗਏ ਨੇ ਹਾਲਾਂਕਿ ਇਹ ਵੀ ਕਹਿਣਾ ਕਿ ਘਰ ਸ਼ਿਫਟ ਵੀ ਕਰ ਦਿੰਦੇ ਨੇ ਉਦੀ ਇੱਕ ਵਕਰੀ ਤਰੀਕ ਤਕਨੀਕ ਹੈ ਲੇਕਿਨ ਕਈ ਲੋਕਾਂ ਦੇ ਸੈਂਟੀਮੈਂਟਸ ਜੁੜੇ ਹੁੰਦੇ ਆ ਆਪਣੇ ਘਰਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਇਸ ਕਰਕੇ ਲੋਕ ਰਿਸਕ ਨਹੀਂ ਲੈਂਦੇ ਜਾਂ ਖਰਚਾ ਜ਼ਿਆਦਾ ਹੁੰਦਾ ਤਾਂ ਕਰਕੇ ਲੋਕ ਜਿਹੜੇ ਆ ਇਸ ਤਰ੍ਹਾਂ ਕਰ ਉੱਚਾ ਕਰਵਾ ਲੈਂਦੇ ਨੇ ਲੇਕਿਨ ਜਿਸ ਤਰ੍ਹਾਂ ਕੁਲਵੰਤ ਵੀਰ ਜੀ ਨੇ ਆਪਣੀ ਕੋਠੀ ਨੂੰ ਉੱਚਾ ਕਰਵਾਇਆ ਤੇ ਉਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਅਗਰ ਕੋਠੀ ਉੱਚੀ ਕਰवानी ਹੈ ਤਾਂ ਤੁਹਾਨੂੰ ਵੀ ਕੋਈ ਰਿਸਕ ਨਹੀਂ ਅਗਰ ਤੁਸੀਂ ਵੀ ਪੈਸੇ ਬਚਾਉਣਾ ਚਾਹੁੰਦੇ ਹੋ ਇਹਾਂ ਤੁਸੀਂ ਵੀ ਆਪਣੇ ਕਿਸੇ ਪੁਰਾਣੇ ਘਰ ਦੇ ਨਾਲ ਤੁਹਾਡੇ ਵੀ ਸੈਂਟੀਮੈਂਟ ਜੁੜੇ ਹੋਏ ਆ ਤਾਂ ਤੁਸੀਂ ਵੀ ਇਸ ਤਰ੍ਹਾਂ ਦੀ ਤਕਨੀਕ ਦੇ ਨਾਲ ਆਪਣਾ ਘਰ ਜਾਂ ਆਪਣੀ ਕੋਠੀ ਉੱਚੀ ਕਰਵਾ ਸਕਦੇ ਹੋ ਦੀਪਕ ਸਿੰਘਲਾ ਨਿਊਜ਼ ਹਿੱਟ ਦਾ ਮੌਕਾ